आई थिंक बिग बॉस से बात है, मेरी फैमिली मेरे तो बहुत प्राउड फील करती है, कहते ने तूने जिस तरह अपने आप नु कंडक्ट किया वो शो विच बहुत ही प्यार करते ने। प्रियंका चोपड़ा जी भी कजन सिस्टर ने है ना, ਤਾਂ ਪਰਿਨੀਤੀ ਜੀ ਵੀ ਨੇ, ਤਾਂ ਮੇਰੇ ਖਿਆਲ ਤੋਂ ਇਹ ਜਿਹੜੀ ਸਿਸਟਰਸ ਦਾ ਜਿਹੜਾ ਯੂ ਨੋ ਬੌਂਡ ਹੈਗਾ ਆ ਕੁੜੀਆਂ ਹੋਣ ਦੇ ਨਾਤੇ, ਬਿਕੋਜ਼ ਮੈਨੂੰ ਐਂ ਲੱਗਦਾ ਕਿ ਫੈਮਿਲੀ ਸਪੋਰਟ ਹੈਗੀ ਆ ਤਾਂ ਹੀ ਸਾਰੀ ਕੁੜੀਆਂ ਪੀਕ ਤੇ ਨੇ, ਤਾਂ ਹੀ ਸਾਰੀ ਕੁੜੀਆਂ ਸਟਾਰ ਨੇ, ਬਹੁਤ ਵੱਡਾ ਨਾਮ ਆ। ਸਾਡੀ ਫੈਮਿਲੀ ਵਿੱਚ ਬੜਾ ਇੰਪੋਰਟੈਂਟ ਹੈ ਕਿ ਕੁੜੀਆਂ ਸਿਰਫ, ਉਹ ਕਹਿੰਦੇ ਨੇ ਤੁਹਾਨੂੰ ਘਰ ਦਾ ਕੰਮ ਆਉਣਾ ਚਾਹੀਦਾ ਹੈ, ਲਾਈਕ ਬਰਤਨ ਮਾਂਜਣੇ ਸੇ ਲੇਕਰ ਸਭ ਕੁਝ ਆਉਣਾ ਚਾਹੀਦਾ, ਬਟ ਆਪਕੋ ਬਾਹਰ ਦੁਨੀਆ ਮੇ ਵੀ ਚੱਲਣਾ ਆਉਣਾ ਚਾਹੀਦਾ, ਫਾਈਨੈਂਸ਼ੀਅਲੀ ਹੋ, ਵਰਕ ਵਾਈਜ਼ ਹੋ। ਆਈ ਥਿੰਕ ਹਮ ਲੋਕੋ ਕਿ ਘਰ ਕੀ ਲੜਕੀਆਂ ਜਿੰਨੀ ਘਰੇਲੂ ਹੈ ਉਤਨੀ ਦੇ ਆਰ ਆਲਸੋ ਲਾਈਕ ਐਨ ਐਂਟਰਪ੍ਰੀਨਿਓਰ ਐਂਡ ਵੀ ਵਾਂਟ ਟੂ ਐਕਸੈਲ ਇਨ ਆਰ ਲਾਈਫ ਕਰੀਅਰ ਵਾਈਜ਼ ਆਲਸੋ। ਨਾ ਜੋ ਇਸ ਫਿਲਮ ਮੇ ਅਰਦਾਸ ਹੋਈ ਹੈ ਉਹ ਅਰਦਾਸ ਨੇ ਕਿੰਨਾ ਗੂਸ ਬੰਪਸ ਲਿਆਂਦੇ। ਮੈਂ ਤੇ ਮੀਨਸ ਫਰਸਟ ਟਾਈਮ ਮੈਨੇ ਦੇਖਿਆ ਕਿ ਅਰਦਾਸ ਹੋਈ ਔਰ ਸਭ ਖੜੇ ਹੋ ਗਏ, ਮੈਂ ਵੀ ਖੜੀ ਹੋਈ, ਮੈਂ ਤੇ ਚੁੰਨੀ ਵੀ ਡਾਲੀ ਐਂਡ ਵਾਹਿਗੁਰੂ ਜੀ ਤੋਂ ਪ੍ਰੇ ਵੀ ਕੀਤਾ, ਬਿਕੋਜ਼ ਮੈਂ ਉਹ ਗੁਰਦੁਆਰਾ ਹਜੇ ਤੱਕ ਦੇਖਿਆ ਨਹੀਂ ਹੈ, ਬਟ ਹੁਣ ਮੈਂ ਡੈਫੀਨੇਟਲੀ ਜਾਵਾਂਗੀ। ਮੇਰੇ ਨਾਲ ਮਨਾਰਾ ਚੋਪੜਾ ਜੀ ਨੇ, ਮਨਾਰਾ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਤਾਂ ਬੜਾ ਅੱਛਾ ਲੱਗਾ ਤੁਹਾਨੂੰ ਚੰਡੀਗੜ੍ਹ ਦੇਖ ਕੇ, ਐਂਡ ਸਭ ਤੋਂ ਵਧੀਆ ਲੱਗਿਆ ਤੁਹਾਨੂੰ ਇਹ ਫਿਲਮ ਦੇ ਪ੍ਰੀਮੀਅਰ ਤੇ ਦੇਖ ਕੇ। ਥੈਂਕ ਯੂ ਸੋ ਮਚ ਜੀ, ਥੈਂਕ ਯੂ ਸੋ ਮਚ। ਆਈ ਥਿੰਕ ਦਿਸ ਇਜ਼ ਦ ਲਵ ਫਰੋਮ ਦ ਆਡੀਅੰਸ ਆਫ ਚੰਡੀਗੜ੍ਹ ਕਿ ਮੈਂ ਚੰਡੀਗੜ੍ਹ ਇੱਕ ਹਫਤੇ ਵਿੱਚ ਦੂਸਰੀ ਵਾਰੀ ਆ ਰਹੀ ਹਾਂ। ਸੋ ਆਈ ਵਾਜ਼ ਹੇਅਰ ਫੋਰ ਸਮ ਅਵਾਰਡਸ ਲਾਸਟ ਵੀਕ ਐਂਡ ਨਾਓ ਆਮ ਹੇਅਰ ਫੋਰ ਅ ਫੈਸ਼ਨ ਸ਼ੋਅ ਵਿਚ ਆਈ ਡਿਡ ਯੈਸਟਰਡੇ ਐਂਡ ਟੁਡੇ ਹੇਅਰ। ਮਨਾਰਾ, ਜਿੱਦਾਂ ਦੀ ਮੂਵੀ ਦੇਖ ਕੇ ਆਇਆ ਨਾ, ਮੈਨੂੰ ਐਂ ਲੱਗਦਾ ਕਿ ਕੋਈ ਇਨਸਾਨ ਹੋਏਗਾ ਜਿਹੜਾ ਇਮੋਸ਼ਨਲੀ ਹੋਇਆ ਹੋਏਗਾ, ਹੈ ਨਾ। ਆਈ ਥਿੰਕ ਸਾਰਿਆਂ ਦੀ ਅੱਖਾਂ ਵਿੱਚ ਯੂ ਨੋ ਅਥਰੂ ਸੀਗੇ, ਹਰ ਕੋਈ ਰੋ ਰਿਹਾ ਸੀਗਾ ਇਹ ਫਿਲਮ ਦੇਖ ਕੇ, ਹੈ ਨਾ। ਤਾਂ ਮਨਾਰਾ ਕਿੰਨਾ ਕੁ ਇਮੋਸ਼ਨਲ ਫੀਲ ਹੋਈ, ਐਂਡ ਮਨਾਰਾ ਕੀ ਫੀਲ ਕੀਤਾ ਇਹ ਫਿਲਮ ਦੇਖ ਕੇ? ਆਈ ਥਿੰਕ ਮੇਰੇ ਫੇਸ਼ੀਅਲ ਐਕਸਪ੍ਰੈਸ਼ਨ ਤੇ ਹੀ ਪਤਾ ਚੱਲ ਰਿਹਾ, ਮੈਨੂੰ ਫਿਲਮ ਬਹੁਤ ਦਿਲ ਨੂੰ ਛੂ ਗਈ। ਜਨਰਲੀ ਮੈਂ ਜਾਂਦੀ ਹਾਂ ਅਤੇ ਮੈਂ ਪੂਰੀ ਫਿਲਮ ਦੇਖ ਨਹੀਂ ਪਾਉਂਦੀ, ਬਟ ਆਈ ਥਿੰਕ ਇਹ ਮੂਵੀ ਦੇ ਲਈ ਮੈਂ ਪ੍ਰੋਪਰ ਬੈਠੀ, ਮੈਂ ਪੂਰੀ ਫਿਲਮ ਦੇਖ ਕੇ ਮੈਨੂੰ ਬਹੁਤ ਹੀ ਚੰਗੀ ਲੱਗੀ। ਆਈ ਥਿੰਕ ਇਸ ਸਟ੍ਰਿਪ ਦੀ USP ਹੈ ਇਹਦੀ ਰਾਈਟਿੰਗ, ਰਾਈਟਿੰਗ ਬਹੁਤ ਹੀ ਚੰਗੀ ਹੈ ਐਂਡ ਆਈ ਜਸਟ ਲਵ ਦ ਫਿਲਮ। ਹਰ ਕੈਰੇਕਟਰ ਨੂੰ ਬੜੇ ਪਿਆਰ ਨਾਲ ਸਜੋਇਆ ਹੋਇਆ ਐਂਡ ਆਈ ਲਵਡ ਇਟ। ਐਂਡ ਮਨਾਰਾ, ਇੱਕ ਚੀਜ਼ ਨਾ ਬਹੁਤ ਇਸ ਚੀਜ਼ ਹਾਈਲਾਈਟ ਕੀਤੀ ਗਈ ਹੈ, ਉਹ ਸਪੈਸ਼ਲ ਹੈਗੀ ਹੈ ਕੁੜੀ, ਕਿ ਕਿਉਂਕਿ ਨਾ ਬਹੁਤ ਸਾਰੀ ਜਗ੍ਹਾ 'ਚ ਇੱਦਾਂ ਹੁੰਦਾ ਵੀ ਕੁੜੀ ਦਾ ਜੰਮਣਾ ਨਾ ਲੋਕ ਐਕਸੈਪਟ ਨਹੀਂ ਕਰਦੇ, ਸਪੈਸ਼ਲੀ ਉਹਦੇ ਪੇਰੈਂਟਸ ਕਈ ਐਕਸੈਪਟ ਨਹੀਂ ਕਰਦੇ, ਸਮਾਜ ਤਾਂ ਕੀ ਕਰਨਾ। ਐਂਡ ਤੁਸੀਂ ਆਪ ਇੱਕ ਕੁੜੀ ਹੋ, ਤਾਂ ਫੈਮਿਲੀ ਦੇ ਵਿੱਚ ਕਿਵੇਂ ਲੱਗਿਆ ਇਹ ਚੀਜ਼ ਦੇਖ ਕੇ ਵੀ ਇੱਦਾਂ ਦੀ ਚੀਜ਼ਾਂ ਜਦੋਂ ਕਿਸੇ ਵਿਲੇਜਸ ਵਿੱਚ ਕਿਸੇ ਫੈਮਿਲੀ ਦੇ ਵਿੱਚ ਹੁੰਦੀਆਂ ਨੇ, ਤਾਂ ਬੀਂਗ ਅ ਕੁੜੀ ਹੋਣ ਦੇ ਨਾਤੇ ਇਹ ਸੱਚ ਦੇਖ ਕੇ ਕਿਵੇਂ ਲੱਗਿਆ? ਆਈ ਥਿੰਕ ਅੱਜ ਕੱਲ੍ਹ ਦੀ ਕੁੜੀਆਂ ਬਹੁਤ ਕੁਝ ਕਰਨਾ ਚਾਹੁੰਦੀਆਂ ਨੇ ਐਂਡ ਦੇਰ ਆਰ ਮੈਨੀ ਓਪਰਚੁਨਿਟੀਜ਼ ਵਿਚ ਆਰ ਦੇ ਵੇ। ਆਈ ਥਿੰਕ ਕੁੜੀਆਂ ਨੂੰ ਅੰਡਰ ਐਸਟੀਮੇਟ ਜਿਹੜੇ ਵੀ ਪੇਰੈਂਟਸ ਕਰਦੇ ਨੇ ਜਾਂ ਜਿਹੜੇ ਵੀ ਉਹਨਾਂ ਦੇ ਘਰ ਵਾਲੇ ਕਰਦੇ ਨੇ, ਉਹਨਾਂ ਨੂੰ ਸਮਝਣਾ ਚਾਹੀਦਾ ਕਿ ਅੱਜ ਦੇ ਜ਼ਮਾਨੇ ਵਿੱਚ ਕੁੜੀ ਅਤੇ ਮੁੰਡੇ ਨਾਲ ਕੋਈ ਡਿਫਰੈਂਸ ਨਹੀਂ ਹੈ। ਜਦੋਂ ਤੁਸੀਂ ਜੋਬ ਦੇ ਲਈ ਵੀ ਅਪਲਾਈ ਕਰਦੇ ਹੋ, ਇਹ ਨਹੀਂ ਦੇਖਦੇ ਤੁਸੀਂ ਕੁੜੀ ਹੋ ਜਾਂ ਮੁੰਡਾ ਹੋ, ਦੇਖਦੇ ਨੇ ਤੁਹਾਡੀ ਯੂ ਨੋ ਜੋ ਕੁਆਲੀਫਿਕੇਸ਼ਨ ਹੈ ਜਾਂ ਰਿਕੁਆਇਰਮੈਂਟ ਦੇ ਨਾਲ ਤੁਸੀਂ ਮੀਟ ਕਰ ਰਹੇ ਹੋ ਕਿ ਨਹੀਂ। ਦੈਨ ਆਈ ਥਿੰਕ ਕੁੜੀਆਂ ਨੂੰ ਸਿਰਫ ਘਰ ਦੇ ਵਿੱਚ ਨਹੀਂ ਰਹਿਣਾ ਚਾਹੀਦਾ, ਬਿਕੋਜ਼ ਆਵਰ ਇਕਾਨਮੀ ਆਲਸੋ ਨੀਡਸ ਟੂ ਗਰੋ ਐਂਡ ਵੀ ਆਲਸੋ ਨੀਡ ਟੂ ਇਵੋਲਵ ਐਜ ਹਿਊਮਨ ਬੀਂਗਸ। ਐਂਡ ਆਈ ਥਿੰਕ ਮੇਰੀ ਤਾਂ ਖੁਦ ਕੀ ਇਤਨੀ ਲੜਕੀਆਂ ਸਪੋਰਟਰ ਹੈ, ਲੜਕੀਓ ਕੋ ਇੱਕਦਮ ਨਿਡਰ ਰਹਿਣਾ ਚਾਹੀਏ, ਕਿਉਂਕਿ ਮੈਂ ਤਾਂ ਬਹੁਤ ਨਿਡਰ ਹੂੰ ਐਂਡ ਇੱਕਦਮ ਚੱਕਦੇ ਫੱਟੇ ਕਰ ਦੇਣਾ ਚਾਹੀਏ। ਮਨਾਰਾ ਦੀ ਫੈਮਿਲੀ ਵਿੱਚ, ਮਨਾਰਾ ਦੀ ਫੈਮਿਲੀ 'ਚ ਕਿੰਨਾ ਕੁ ਪਿਆਰ ਮਿਲਿਆ ਮਨਾਰਾ ਨੂੰ ਪੇਰੈਂਟਸ ਵੱਲੋਂ ਐਂਡ ਸਪੈਸ਼ਲੀ ਰਿਲੇਟਿਵਸ ਵੱਲੋਂ? ਬਿਕੋਜ਼ ਪ੍ਰਿਯੰਕਾ ਚੋਪੜਾ ਜੀ ਵੀ ਤੁਹਾਡੇ ਕਜ਼ਨ ਸਿਸਟਰ ਨੇ, ਹੈ ਨਾ, ਤਾਂ ਪਰਿਨੀਤੀ ਜੀ ਵੀ ਨੇ, ਤਾਂ ਮੇਰੇ ਖਿਆਲ ਤੋਂ ਇਹ ਜਿਹੜੀ ਸਿਸਟਰਸ ਦਾ ਜਿਹੜਾ ਯੂ ਨੋ ਬੌਂਡ ਹੈਗਾ ਆ ਕੁੜੀਆਂ ਹੋਣ ਦੇ ਨਾਤੇ, ਬਿਕੋਜ਼ ਮੈਨੂੰ ਐਂ ਲੱਗਦਾ ਕਿ ਫੈਮਿਲੀ ਸਪੋਰਟ ਹੈਗੀ ਹੈ ਤਾਂ ਹੀ ਸਾਰੀ ਕੁੜੀਆਂ ਪੀਕ 'ਤੇ ਨੇ, ਤਾਂ ਹੀ ਸਾਰੀ ਕੁੜੀਆਂ ਸਟਾਰ ਨੇ, ਬਹੁਤ ਵੱਡਾ ਨਾਮ ਆ। ਤਾਂ ਮੈਂ ਜ਼ਰੂਰ ਫੈਮਿਲੀ ਦਾ ਫੀਲ ਜਾਣਨਾ ਚਾਹੁੰਦਾ, ਬੀਂਗ ਅ ਕੁੜੀ ਹੋਣ ਦੇ ਨਾਤੇ ਫੈਮਿਲੀ ਨੇ ਕਿਵੇਂ ਸਪੋਰਟ ਕੀਤਾ ਜਾਂ ਕਿੰਨਾ ਪਿਆਰ ਕੁੜੀਆਂ ਨੂੰ ਦਿੱਤਾ? ਆਈ ਥਿੰਕ ਬਿਗ ਬੋਸ ਦੇ ਬਾਅਦ ਤੇ ਮੇਰੀ ਫੈਮਿਲੀ ਮੇਰੇ ਤੋਂ ਬਹੁਤ ਪ੍ਰਾਊਡ ਫੀਲ ਕਰਦੀ ਹੈ, ਕਹਿੰਦੇ ਨੇ ਤੁਸੀਂ ਜਿਸ ਤਰ੍ਹਾਂ ਆਪਣੇ ਆਪ ਨੂੰ ਕੰਡਕਟ ਕੀਤਾ ਉਹ ਸ਼ੋਅ ਵਿੱਚ ਬਹੁਤ ਹੀ ਪਿਆਰ ਕਰਦੇ ਨੇ ਐਂਡ ਮੀਨਸ ਪੁਚਕਾਰ ਕੇ ਰੱਖਦੇ ਨੇ, ਅਤੇ ਸਾਡੀ ਫੈਮਿਲੀ ਵਿੱਚ ਬੜਾ ਇੰਪੋਰਟੈਂਟ ਹੈ ਕਿ ਕੁੜੀਆਂ ਸਿਰਫ, ਉਹ ਕਹਿੰਦੇ ਨੇ ਤੁਹਾਨੂੰ ਘਰ ਦਾ ਕੰਮ ਆਉਣਾ ਚਾਹੀਦਾ ਹੈ, ਲਾਈਕ ਬਰਤਨ ਮਾਂਜਣੇ ਸੇ ਲੇਕਰ ਸਭ ਕੁਝ ਆਉਣਾ ਚਾਹੀਏ, ਬਟ ਆਪਕੋ ਬਾਹਰ ਦੁਨੀਆ ਮੇ ਵੀ ਚੱਲਣਾ ਆਉਣਾ ਚਾਹੀਏ, ਫਾਈਨੈਂਸ਼ੀਅਲੀ ਹੋ, ਵਰਕ ਵਾਈਜ਼ ਹੋ। ਆਈ ਥਿੰਕ ਹਮ ਲੋਕੋ ਕੇ ਘਰ ਕੀ ਲੜਕੀਆਂ ਜਿੰਨੀ ਘਰੇਲੂ ਹੈ ਉਤਨੀ ਦੇ ਆਰ ਆਲਸੋ ਲਾਈਕ ਐਨ ਐਂਟਰਪ੍ਰੀਨਿਓਰ ਐਂਡ ਵੀ ਵਾਂਟ ਟੂ ਐਕਸੈਲ ਇਨ ਆਰ ਲਾਈਫ ਕਰੀਅਰ ਵਾਈਜ਼ ਆਲਸੋ। ਮਨਾਰਾ, ਜੋ ਇਸ ਫਿਲਮ ਮੇ ਅਰਦਾਸ ਹੋਈ ਹੈ ਉਹ ਅਰਦਾਸ ਨੇ ਕਿੰਨਾ ਗੂਸ ਬੰਪਸ ਲਿਆਂਦੇ, ਬਿਕੋਜ਼ ਆਈ ਥਿੰਕ ਰੋ ਰੋ ਕੇ ਕਈਆਂ ਨੇ ਨਾ ਅਰਦਾਸ ਜਿਹੜੀ ਹੈਗੀ ਹੈ ਯੂ ਨੋ ਉਹ ਕੀਤੀ ਹੈ, ਜਦੋਂ ਅਰਦਾਸ ਹੋ ਰਹੀ ਸੀਗੀ ਸਾਰੇ ਖੜ੍ਹੇ ਹੋ ਰਹੇ ਸੀਗੇ, ਕੋਈ ਕੋਈ ਇਨਸਾਨ ਰੋ ਰਿਹਾ ਸੀਗਾ, ਤਾਂ ਮੈਂ ਉਹੀ ਫੀਲ ਜਾਣਨਾ ਚਾਹੁੰਦਾ, ਬਿਕੋਜ਼ ਪੰਜਾਬੀ ਫਿਲਮ 'ਚ ਨਾ ਦੂਸਰੀ ਵਾਰ ਇੱਦਾਂ ਹੋਇਆ ਕਿਸੇ ਫਿਲਮ 'ਚ ਅਰਦਾਸ ਹੋਈ ਹੈ,
ਤਾਂ ਇਹ ਕਿੱਦਾਂ ਲੱਗਿਆ? ਮੈਂ ਤਾਂ ਮੀਨਸ ਫਸਟ ਟਾਈਮ ਮੈਨੇ ਦੇਖਿਆ ਕਿ ਅਰਦਾਸ ਹੋਈ ਔਰ ਸਭ ਖੜੇ ਹੋ ਗਏ, ਮੈਂ ਵੀ ਖੜੀ ਹੋਈ, ਮੈਂ ਤਾਂ ਚੁੰਨੀ ਵੀ ਡਾਲੀ ਐਂਡ ਵਾਹਿਗੁਰੂ ਜੀ ਤੋਂ ਪ੍ਰੇ ਵੀ ਕੀਤਾ, ਬਿਕੋਜ਼ ਮੈਂ ਉਹ ਗੁਰਦੁਆਰਾ ਹਜੇ ਤੱਕ ਵੇਖਿਆ ਨਹੀਂ ਹੈ, ਬਟ ਹੁਣ ਮੈਂ ਡੈਫੀਨੇਟਲੀ ਜਾਵਾਂਗੀ। ਅਤੇ ਉਹਦੇ ਵਿੱਚ ਇੱਕ ਸੀਨ ਵੀ ਸੀਗਾ ਵੇਅਰ ਦ ਫਾਦਰ ਇਜ਼ ਨੋਟ ਫੀਲਿੰਗ ਵੈਲ, ਮਾਈ ਡੈਡ ਵਾਜ਼ ਆਲਸੋ ਨੋਟ ਫੀਲਿੰਗ ਵੈਲ। ਅਤੇ ਹੁਣ ਜਾ ਕੇ ਮੈਂ ਪਹਿਲੇ ਤਾਂ ਮੈਂ ਆਪਣੇ ਡੈਡ ਦੇ ਲਈ ਅਰਦਾਸ ਕਰੀ, ਅਤੇ ਹੁਣ ਮੈਂ ਜਾ ਕੇ ਉਹਨਾਂ ਨੂੰ ਕਾਲ ਕਰਨਾ ਐਂਡ ਆਈ ਲਵ ਦ ਫਿਲਮ ਜੀ, ਪੂਰੀ ਕਲਾਸ ਨੂੰ ਬਹੁਤ ਹੀ ਕੰਗਰੈਚੁਲੇਸ਼ਨ।